ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਦੇ ਸੀਰਤ ਪ੍ਰੋਗਰਾਮ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਅਸੀਂ ਲੋਕ ਬੜੇ ਭੁਲੱਕੜੇ ਹਾਂ। ਸਾਡੇ ਜਿੰਨਾ ਵਡੇਰਿਆਂ ਨੇ ਸਾਡੇ ਸਾਹਿਤ, ਇਤਿਹਾਸ, ਕਲਾ ਅਤੇ ਸੱਭਿਆਚਾਰ ਦੇ ਪਿੜ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਨਾ, ਅਸੀਂ ਕਈ ਵਾਰ ਜਿਉਂਦੇ ਜੀ ਭਾਵੇਂ ਉਹਨਾਂ ਦੇ ਨਾਂ ਦੀ ਬੱਲੇ ਬੱਲੇ ਕਰਦੇ ਰਹਿੰਦੇ ਹਾਂ, ਪਰ ਉਹਨਾਂ ਦੇ ਗੁਜ਼ਰ ਜਾਣ ਬਾਅਦ ਉਹਨਾਂ ਦਾ ਚੇਤਾ ਛੇਤੀ ਵਿਸਾਰ ਦਿੰਦੇ ਹਾਂ। ਠੀਕ ਹੀ ਕਿਹਾ ਗਿਆ ਹੈ ਜੀ, ਸਭ ਮੂੰਹ ਮਲਾਜ਼ੇ ਨੇ, ਜਿਉਂਦਿਆਂ ਦੇ ਨੇ, ਮਰ ਗਿਆਂ ਨੂੰ ਹਰ ਕੋਈ ਵਿਸਾਰ ਦਿੰਦਾ ਹੈ। ਇਹੋ ਕਾਰਨ ਹੈ ਕਿ ਸਾਡੇ ਕਈ ਅਜ਼ੀਮ ਫਨਕਾਰਾਂ ਦੀਆਂ ਜਨਮ ਸ਼ਤਾਬਦੀਆਂ ਆਈਆਂ ਅਤੇ ਲੰਘ ਗਈਆਂ, ਪਰ ਕਿਸੇ ਨੂੰ ਉਹਨਾਂ ਦੀ ਸ਼ਤਾਬਦੀ ਮਨਾਉਣ ਦਾ ਚੇਤਾ ਨਾ ਆਇਆ। ਪੰਜਾਬ ਦੇ ਮਹਾਨ ਢਾਡੀ ਅਤੇ ਨਾਵਲਕਾਰ ਗਿਆਨੀ ਸੋਹਣ ਸਿੰਘ ਸੀਤਲ ਅਤੇ ਨੰਦ ਲਾਲ ਨੂਰਪੁਰੀ ਵਰਗੀਆਂ ਮਹਾਨ ਹਸਤੀਆਂ ਦੀਆਂ ਸ਼ਤਾਬਦੀਆਂ ਆਈਆਂ ਅਤੇ ਲੰਘ ਗਈਆਂ, ਕਿਸੇ ਨੇ ਕੋਈ ਸਮਾਗਮ ਨਾ ਕੀਤਾ, ਲੇਖ ਨਾ ਲਿਖਿਆ। ਸੋ ਦੋਸਤੋ, ਅੱਜ ਆਪਣੀ ਇਸ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਅਸੀਂ ਪੰਜਾਬੀ ਕਵੀਸ਼ਰੀ ਦੀ ਇੱਕ ਅਜ਼ੀਮ ਹਸਤੀ ਸਰਦਾਰ ਕਰਨੈਲ ਸਿੰਘ ਪਾਰਸ ਉਹਨਾਂ ਨੂੰ ਯਾਦ ਕਰਨ ਦਾ ਮਨ ਬਣਾਇਆ ਹੈ। ਸਵਰਗੀ ਪਾਰਸ ਦਾ ਇਹ ਜਨਮ ਸ਼ਤਾਬਦੀ ਸਾਲ ਚੱਲ ਰਿਹਾ ਦੋਸਤੋ। ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਵਰਗੀ, ਪੰਜਾਬ ਦੇ ਬੱਚੇ ਬੱਚੇ ਦੇ ਬੁੱਲਾਂ 'ਤੇ ਫਰਕਣ ਵਾਲੀ, ਸਦਾ ਬਹਾਰ ਕਵੀਸ਼ਰੀ ਲਿਖਣ ਵਾਲਾ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਜੋ 28 ਜੂਨ 1916 ਨੂੰ ਪੈਦਾ ਹੋਇਆ ਸੀ, ਸਦੀ ਦੇ ਨੇੜੇ ਢੁੱਕਦੀ ਉਮਰ ਭੋਗ ਕੇ ਆਖਿਰਕਾਰ 28 ਫਰਵਰੀ 2009 ਨੂੰ ਦੁਨਿਆਵੀ ਜੰਕਸ਼ਨ ਤੋਂ ਸਦਾ ਲਈ ਤੁਰ ਜਾਣ ਵਾਲੀ ਗੱਡੀ ਵਿੱਚ ਬੈਠ ਕੇ ਅਮੁੱਖ ਸਫ਼ਰ 'ਤੇ ਤੁਰ ਗਿਆ ਅਤੇ ਪਿੱਛੇ ਪਲੇਟਫਾਰਮ 'ਤੇ ਖੜ੍ਹੀ ਸਾਡੀ ਉਸਦੇ ਪ੍ਰਸ਼ੰਸਕਾਂ ਅਤੇ ਪ੍ਰੇਮੀਆਂ ਦੀ ਭੀੜ ਮੋਹ ਭਰੀਆਂ ਅੱਖਾਂ ਨਾਲ ਉਸਨੂੰ ਜਾਂਦੇ ਹੱਥ ਹਿਲਾ ਰਹੀ ਅਤੇ ਉਸਦੀਆਂ ਯਾਦਾਂ ਨੂੰ ਚਿਤਵ ਰਹੀ ਹੈ। ਕਰਨੈਲ ਸਿੰਘ ਪਾਰਸ ਸੱਚਮੁੱਚ ਦਾ ਪਾਰਸ ਸੀ ਦੋਸਤੋ। ਉਸਦੀ ਸੂਝ ਦੀ ਸ਼ੋਅ ਨਾਲ ਸਧਾਰਨ ਜਿਹੇ ਸ਼ਬਦ ਹੁਸੀਨ ਤਰਤੀਬ ਵਿੱਚ ਜੁੜ ਕੇ ਅਜਿਹੇ ਲਿਸ਼ਕੇ ਕਿ ਉਹਨਾਂ ਦੀ ਰੌਸ਼ਨੀ ਵਿੱਚ ਸਧਾਰਨ ਪੇਂਡੂ ਪੰਜਾਬੀ ਆਪਣੇ ਲੋਕ, ਆਪਣੇ ਵਿਰਸੇ, ਸਮਾਜ, ਸੱਭਿਆਚਾਰ ਅਤੇ ਇਤਿਹਾਸ ਦੇ ਨਾਲ ਨਾਲ ਆਪਣੀ ਰੂਹ ਨੂੰ ਵੇਖਣ, ਸਮਝਣ ਅਤੇ ਮਾਨਣ ਦੇ ਯੋਗ ਹੋ ਗਏ। ਅੱਧੀ ਸਦੀ ਤੋਂ ਵੱਧ ਉਸਦੀ ਕਵੀਸ਼ਰੀ, ਉਸਦੇ ਸਾਥੀਆਂ ਦੀ ਗਾਇਕੀ ਅਤੇ ਪਾਰਸ ਦੀ ਪੇਸ਼ਕਾਰੀ ਦਾ ਜਾਦੂ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਦਾ ਰਿਹਾ। ਸੋ ਦੋਸਤੋ, ਆਓ ਪਹਿਲਾਂ ਪਾਰਸ ਦੀ ਸ਼ਾਇਰੀ ਦੀ ਪਾਰਸ ਸ਼ੋਅ ਨੂੰ ਮਹਿਸੂਸ ਕਰਨ ਲਈ ਇਸ ਕਵੀਸ਼ਰੀ ਨੂੰ ਮਾਣੀਏ। ਪ੍ਰਾਈਮ ਏਸ਼ੀਆ ਟੀਵੀ ਦੇ ਸੀਰਤ ਪ੍ਰੋਗਰਾਮ ਵਿੱਚ ਦੋਸਤੋ ਗੱਲ ਚੱਲ ਰਹੀ ਹੈ ਜੀ ਪੰਜਾਬ ਦੇ ਸ਼੍ਰੋਮਣੀ ਕਵੀਸ਼ਰ
ਕਰਨੈਲ ਸਿੰਘ ਪਾਰਸ ਦੀ। ਦੋਸਤੋ, ਕਦੀ ਪੰਜਾਬ ਵਿੱਚ ਪਾਰਸ ਦੀ ਅਜਿਹੀ ਝੰਡੀ ਸੀ ਕਿ ਕੋਈ ਵੀ ਮੇਲਾ ਜਾਂ ਵੱਡੇ ਤੋਂ ਵੱਡਾ ਧਾਰਮਿਕ, ਸਮਾਜਿਕ, ਸੱਭਿਆਚਾਰਕ ਸਮਾਗਮ ਉਸ ਦੀ ਕਵੀਸ਼ਰੀ ਜਥੇ ਦੀ ਸ਼ਮੂਲੀਅਤ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਸੀ। ਲੋਕ ਮੀਲਾਂ ਤੱਕ ਪੈਂਡਾ ਕਰਕੇ ਉਸਦੇ ਅਖਾੜੇ ਸੁਣ ਜਾਂਦੇ, ਉਸਦੇ ਲਿਖੇ ਕਿੱਸੇ ਖਰੀਦ ਕੇ ਪੜ੍ਹਦੇ ਅਤੇ ਉਹਨਾਂ ਕਿੱਸਿਆਂ ਨੂੰ ਪੜ੍ਹਦੇ ਪੜ੍ਹਦੇ ਪਾਰਸ ਸ਼ੋਅ ਦੇ ਨਾਲ ਕੀਲ ਕੇ ਖੁਦ ਕਵੀਸ਼ਰ ਬਣ ਜਾਂਦੇ। ਉਹ ਪੰਜਾਬ ਦਾ ਪਹਿਲਾ ਕਵੀਸ਼ਰ ਸੀ ਜਿਸ ਨੇ ਸਭ ਤੋਂ ਪਹਿਲਾਂ ਆਲ ਇੰਡੀਆ ਰੇਡੀਓ ਜਲੰਧਰ ਤੋਂ ਆਪਣੇ ਜੱਥੇ ਨਾਲ ਕਵੀਸ਼ਰੀ ਗਾਉਣੀ ਸ਼ੁਰੂ ਕੀਤੀ। ਰਿਕਾਰਡ ਕੰਪਨੀਆਂ ਨੇ ਉਸ ਦੀ ਕਵੀਸ਼ਰੀ ਦੇ ਤਵੇ ਭਰੇ। ਪਾਰਸ ਦੀ ਕਵਿਤਾ ਅਤੇ ਗਾਇਕੀ ਪੰਜਾਬ ਦੇ ਘਰ ਘਰ ਪਹੁੰਚ ਗਈ। ਉਹ ਹਰੇਕ ਪੰਜਾਬੀ ਘਰ ਦਾ ਆਪਣਾ ਜੀ ਬਣ ਗਿਆ। ਲੋਕ ਘਰਾਂ, ਸੱਥਾਂ ਅਤੇ ਖੇਤਾਂ ਵਿੱਚ ਕੰਮ ਵੀ ਕਰੀ ਜਾਂਦੇ, ਗੱਲਾਂ ਵੀ ਕਰੀ ਜਾਂਦੇ ਅਤੇ ਜਦੋਂ ਕੋਠਿਆਂ ਉੱਤੇ ਮੰਜੇ ਜੋੜ ਕੇ ਉਹਨਾਂ ਨਾਲ ਲਟਕਾਏ ਸਪੀਕਰਾਂ ਵਿੱਚੋਂ ਪਾਰਸ ਦੀ ਕਵੀਸ਼ਰੀ ਦੇ ਰਿਕਾਰਡ ਵੱਜਦੇ ਤਾਂ ਲੋਕ ਵਿੱਚੋਂ ਸਾਹ ਰੋਕ ਕੇ ਪਾਰਸ ਦੀ ਕਵੀਸ਼ਰੀ ਦੀ ਹੂਕ ਨਾਲ ਇੱਕ ਸੁਰ ਹੋ ਕੇ ਉਸਦਾ ਆਨੰਦ ਵੀ ਲੈਂਦੇ ਰਹਿੰਦੇ। ਉਸ ਦੀ ਕਵੀਸ਼ਰੀ ਦੀ ਸੰਗਤ ਵਿੱਚ ਸੁੱਤਾ ਹੋਇਆ ਪੰਜਾਬ ਜਾ ਕੇ ਅੰਗੜਾਈ ਭਰਨ ਲੱਗਦਾ। ਭਗਤ ਸਿੰਘ, ਸੁਭਾਸ਼ ਚੰਦਰ ਬੋਸ ਅਤੇ ਸੇਵਾ ਸਿੰਘ ਠੀਕਰੀ ਵਾਲਾ ਵਰਗੇ ਲੋਕ ਨਾਇਕ ਬਣ ਚੁੱਕੇ ਰਾਜਸੀ ਆਗੂ ਅਤੇ ਪੂਰਨ ਭਗਤ, ਕੌਲਾਂ, ਦਹੂਦ ਬਾਦਸ਼ਾਹ, ਸਰਵਣ ਕੁਮਾਰ ਅਤੇ ਤਾਰਾ ਰਾਣੀ ਜਿਹੀਆਂ ਲੋਕ ਗਥਾਵਾਂ ਉਸ ਦੀ ਕਵੀਸ਼ਰੀ ਨਾਲ ਜੁੜ ਕੇ ਮੁੜ ਪੰਜਾਬੀ ਮਨ ਵਿੱਚ ਜੀ ਉੱਠੀਆਂ। ਉਸ ਦੀ ਕਵੀਸ਼ਰੀ ਲੋਕ ਕਵਿਤਾ ਵਾਂਗ ਪੰਜਾਬੀ ਮਨ ਦਾ ਹਿੱਸਾ ਬਣ ਗਈ। ਦੋਸਤੋ, ਆਪਣੇ ਨਾਨਕੇ ਪਿੰਡ ਮਹਿਰਾਜ, ਤਹਿਸੀਲ ਫੂਲ ਵਿੱਚ ਜਨਮ ਲੈਣ ਵਾਲਾ ਅਤੇ ਮੋਗੇ ਨੇੜੇ ਪੈਂਦੇ ਪਿੰਡ ਰਾਮੂ ਵਾਲੇ ਦੇ ਸਧਾਰਨ ਕਿਸਾਨ ਦਾ ਪੁੱਤਰ ਕਰਨੈਲ ਕੇਵਲ 12 ਸਾਲ ਦੀ ਉਮਰ ਵਿੱਚ ਹੀ ਯਤੀਮ ਹੋ ਗਿਆ ਸੀ। ਸਕੂਲ ਜਾਣਾ ਉਸਦਾ ਨਸੀਬ ਨਾ ਬਣ ਸਕਿਆ। ਮਾਰੂ ਜ਼ਮੀਨ ਰਜਵੀਂ ਰੋਟੀ ਦੇਣ ਤੋਂ ਇਨਕਾਰੀ ਸੀ। ਬੇਭਰੋਸਮਾਨੀ ਦੀ ਹਾਲਤ ਵਿੱਚ ਆਰਥਿਕ ਤੰਗ ਦਸਤੀ ਦਾ ਜੀਵਨ ਗੁਜ਼ਾਰਨ ਲਈ ਅਤੇ ਅਨਪੜ੍ਹ ਬੱਚੇ ਦੇ ਤੌਰਨ 'ਤੇ ਦੁਨੀਆ ਦੇ ਧੱਕੇ ਖਾਣ ਲਈ ਇਕੱਲੇ ਰਹਿ ਗਏ ਕਰਨੈਲ ਨੇ ਆਪਣੇ ਅੰਦਰ ਨੂੰ ਮਰਨਾ ਦਿੱਤਾ। ਉਹ ਸਗੋਂ ਹੋਰ ਪੜ੍ਹਨਾ ਚਾਹੁੰਦਾ ਸੀ, ਹੋਰ ਜਾਣਨਾ ਚਾਹੁੰਦਾ ਸੀ, ਹੋਰ ਅੱਗੇ ਵਧਣਾ ਚਾਹੁੰਦਾ ਸੀ। ਆਖਿਰਕਾਰ ਵਿੱਦਿਆ ਅਤੇ ਗਿਆਨ ਦੀ ਭੁੱਖ ਉਸ ਨੂੰ ਸੰਤ ਗਿਆਨੀ ਸਿੰਘ ਦੇ ਡੇਰੇ 'ਤੇ ਖਿੱਚ ਕੇ ਲੈ ਗਈ। ਦੋਸਤੋ, ਅਗਲੀ ਗੱਲ ਵੀ ਕਰਦੇ ਹਾਂ ਪਰ ਪਹਿਲਾਂ ਸੁਣਦੇ ਹਾਂ ਕਵੀਸ਼ਰੀ ਅਤੇ ਲੈਂਦੇ ਹਾਂ ਜੀ ਇੱਕ ਬ੍ਰੇਕ। ਉੱਠ ਜਾਗ ਮੁਸਾਫਰ ਤੂੰ, ਹੋਈ ਪੋਰ ਨਗਾਰੇ ਵਜੇ, ਅੱਜ ਕਰਨਾ ਅੱਜ ਕਰ ਲਾ, ਕਰਨਾ ਕੱਲ ਜੋ ਕਰ ਲਾ ਅੱਜੇ। ਗਫਲਤ ਵਿੱਚ ਬੀਤ ਗਿਆ, ਮੁੜ ਕੇ ਹੱਥ ਨਹੀਂ ਆਉਣਾ ਬੇਲਾ, ਹਾਏ ਆਉਣ ਜਾਣ ਬੜਿਆ ਦੁਨੀਆ ਚੌਕ ਦਿਲਾਂ ਦਾ ਮੇਲਾ। ਪਿਆ ਕੁਮਰਾ ਪਾਉਂਦਾ ਸੀ ਉੱਚਾ ਤਾਣ ਤਾਣ ਕੇ ਸੀਨਾ, ਉੱਤੇ ਬੈਠ ਬਲੇਰੇ ਦੇ ਫੁੱਟਪੂ ਕਹੇ ਕਬੂਤਰ ਚੀਨਾ। ਜਗਤ ਬਾਜ ਮਾਰੀ ਆਸੋ ਪੋਟੇ ਪਿਆ ਗੁਲੇਲਾ, ਹਾਏ ਆਉਣ ਜਾਣ ਬੜਿਆ ਦੁਨੀਆ ਚੌਕ ਦਿਲਾਂ ਦਾ ਮੇਲਾ। ਫਲ ਟੈਣੀ ਲੱਗਣਾ ਨੀ ਵਾਪਸ ਲਹਿਰਾਂ ਕਦੇ ਨੀ ਮੁੜੀਆਂ, ਕੱਠ ਨਾਲ ਸਬੱਬਾਂ ਦੇ ਬੇੜੀ ਪੂਰ ਤਿੰਜਣੀ ਕੁੜੀਆਂ। ਨੱਚ ਰਹੀਆਂ ਪੂਤਲੀਆਂ ਜਗਤ ਮਦਾਰੀ ਵਾਲਾ ਖੇਲਾ, ਹਾਏ ਆਉਣ ਜਾਣ ਬੜਿਆ ਦੁਨੀਆ ਚੌਕ ਦਿਲਾਂ ਦਾ ਮੇਲਾ। ਮੁਰਦਿਆਂ ਦੇ ਮੂੰਹਾਂ ਚੋਂ ਪੈਸੇ ਸੀ ਕਾਰੂ ਨੇ ਕੱਢੇ, ਜਦ ਮੌਤ ਬਿਗਲ ਵੱਜਿਆ ਚਾਲੀ ਪਰੇ ਖਜ਼ਾਨੇ ਛੱਡੇ। ਤੁਰ ਖਾਲੀ ਹੱਸ ਗਿਆ ਨਾਲ ਜਾ ਨਾ ਸਕਿਆ ਤੇਲਾ, ਹਾਏ ਆਉਣ ਜਾਣ ਬੜਿਆ ਦੁਨੀਆ ਚੌਕ ਦਿਲਾਂ ਦਾ ਮੇਲਾ। ਲੰਕਾ ਪਤ ਰਾਵਣ ਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ, ਨਿਤ ਜਗੇ ਦੀਪ ਮਾਲਾ ਉਸ ਕਰਨਾ ਦੀਵਾਨਾ ਵਾਤੀ। ਸਭ ਪੀਰ ਪੈਗੰਬਰਾਂ ਦੇ ਮੰਨੀ ਮੌਤ ਗੁਰੂ ਜਗ ਚੇਲਾ, ਹਾਏ ਆਉਣ ਜਾਣ ਬਣਿਆ ਦੁਨੀਆ ਚੌਕ ਦਿਲਾਂ ਦਾ ਮੇਲਾ। ਨਮਰੂਦ ਵਰਗਿਆਂ ਨੇ ਬੰਨੇ ਨਾਲ ਖੁਦਾ ਦੇ ਦਾਵੇ, ਉੱਠ ਸ਼ਾਹ ਸਿਕੰਦਰ ਨੇ ਕੀਤੇ ਜਗ ਤੇ ਜਿੱਤਣ ਨੂੰ ਤਾਵੇ। ਜਦ ਕਾਲ ਬਫੇਰ ਮੱਜੀ ਰੁੜ ਗਏ ਜੋ ਰੋਟੀ ਤੋਂ ਡੇਲਾ, ਹਾਏ ਆਉਣ ਜਾਣ ਬਣਿਆ ਦੁਨੀਆ ਚੌਕ ਦਿਲਾਂ ਦਾ ਮੇਲਾ। ਬੁਰੀਆਂ ਕਰ ਤੂੰ
ब्रेक तो बाद एक बार फिर थोड़ा स्वागत है जी प्राइम एशिया टीवी दे सीरत प्रोग्राम विच। दोस्तों ब्रेक तो पहला मैं जिक्र कर रहा सी कि गरीब बच्चे करनैल नू ज्ञान प्राप्ति ते नवा सीखण दी ललक जी उन्हूं संत ज्ञानी सिंह दे डेरे ते लै गए ते उसने उस तों हिंदी ते पंजाबी दा ज्ञान हासिल कीता ते छेती ही ओह वड्डे वड्डे धार्मिक ग्रंथां दा अध्ययन भी करन लगा। इह उसदी खोजी बिरती नित नवा जानण दी तांग ते अंदरली अलोकारी प्रतिभा दा करिश्मा ही सी कि संत ज्ञानी सिंह नूं उस विच भविख दे महान विद्वान दी झलक विखाई देण लगी। उस झलक दी आभा नाल लिशकदे करनैल नूं वेख के संतां ने करनैल सिंह नूं पारस दे तखल्लुस दे नाल सन्मानित कर दिता ते दोस्तों उस तों बाद उन्हें अपने नां नाल पारस लिखना शुरू कर दिता। सिर्फ इन्ना ही नहीं उन्हें अपने तखल्लुस दी लाज पालन लई करड़ी मेहनत ते संघर्ष किया। 14 वर्षां की उम्र में करनैल सिंह दे बाप तारा सिंह की मौत हो गई जिसका गम ना सहारदी हुई 10 महीनों बाद उसकी माँ राम कौर भी चल वसी ते पिछे रह गया एक भोला पाला बाल 3 भैणां का इकलौता भरा ते इस यतीम का आसरा इस तो सिर्फ 7 वर्षे वड्डा उसका चाचा बन गया। कबीलदारी का बोझ उसके मोढ़िया उपर आ पिया तंगियां तुरसदियां कटदा वह अपना ते अपनियां भैणां दा पेट पालदा गया। सो दोस्तों बचपन तो ही कवीशरां दे गाउण सुण दा शौकीन भी हो गया सी ते उन्हां वल्लों पेश कीतियां गईयां वनगियां चों कुछ याद करके वह अपने हाणियां ते घर परिवार वालियां नूं बड़े उत्साह नाल सुणाउंदा ते गुणगुणाउंदा रहिंदा ते गल्लां करदियां टूट के सुणाउणा भी करनैल सिंह पारस दे सुभाअ दा इक खास अंग बन गया सी। एक दिन तूड़ी वाले कोठे विच फरोला फराली करदिया एक बन्नी बोरी विचों उन्हूं मिट्टी कट्टे नाल भरिया वारशा मुकबल दमोदर तिन्ने किस्साकारां दियां रचियां हीरां दे किस्से ते कुछ होर किस्से भी लग पे। ये किस्से पारस दे हीरा पढ़न दे शौकीन दादा हरनाम सिंह वल्लों रखे हुए सन। इन्हां किस्सियां ने उहदे अंदर लुके शायर नूं बाहर कढ लैंदा। सो दोस्तों गल्लां होर भी करांगे पर पहलां सुणदे हां कवीशरी दा एक रंग। जेकर गंड इतफाक दी खुल जावे बिना माली दे बाग वीरान हुंदा ते बाज पानिया दे फसल हुल जावे। नाल मंत्रा नहीं मशाल मचदी तेल मुकिया दीवा हो गुल जावे लखां यत्न करिए मुड़ना पवे पांडे जेकर दुध दरिया बिच डुल जावे। मारिया मूल ना मुकदी कौम कोई ते टैजे जबर जहान दा कुल जावे पार सिमट जांदी अखर गलत वांगू जेड़ी कौम इतिहास नूं भुल जावे। प्राइम एशिया टीवी दे सीरत प्रोग्राम विच कवीशरी तो पहला दोस्तों मैं जिक्र कर रहा सी कि पारस दे दादे हरनाम सिंह दे सांभे हीर दे किस्से पारस लई शायरी दा खजाना बन के लब्भे। पारस ने हीर दे इन्हां किस्सियां दा कई कई वार पाठ कीता जिस नाल उसकी सोच होर प्रचंड हुई ते उसका शाब्दिक भंडार भी वध गया। शंदाबंदी का भी थोड़ा बहुत ज्ञान हो गया पारस नूं। वेला फिरदा जां कम धंदे लगा हुण ओह तुकबंदी करदा रहिंदा जो पिंड दी सत्थ च बैठे लोकां नूं भी सुणाउंदा ते उहनां तों शाबाश प्राप्त करदा ते खुश हो के कई बार बजुर्ग उसनूं 54-58 इनाम वजों भी दे दिंदे। पिंड दे लोक उसनूं प्यार करन लगे। शंदाबंदी दे नाल नाल करनैल सिंह पारस दौड़न दा भी बड़ा शौकीन सी। रिश्तेदारियां ते मेलियां ते जाण समय अक्सर उह भज के ही चलिया जांदा। दोस्तों एक बार मुक्तसर मेले ते उसने मोहन सिंह रोडियां वाले दे जथे दा प्रोग्राम सुनिया। करनैल सिंह पारस बहुत प्रभावित होया उसनूं उह बहुत पसंद आया ते उह मोहन सिंह नूं मिलन दी ठाण के उसदे रूबरू जा होया। उन्हें रोडियां वाले कवीशर मोहन सिंह नूं अपनी लिखण दी रुचि बारे दस्सिया। मोहन सिंह ने करनैल सिंह पारस नूं अपना लिखिया कुछ सुनाउण लिखिया।
लो जी पारस ने यह बोल तुरंत जोड़ के सुना दिते। बोल सन नित नित कट्ठियां ना होना रोहां ने, गति दा आउंदा वेग नहीं, बंदे मिल पैण मिलना नहीं खूहां ने, सकदा हो नेम नहीं वसदे जहान च, भर दे मिठास शहरां दी जुबान च। उहदे जोड़े बोल सुन के मोहन सिंह बहुत खुश होया ते फिर पूरी रवायत अनुसार पारस उसनू उस्ताद धार के उसदे जथे नाल ही रल गया। इस लाइन च विचरदिआं पारस नू होर सूझ आउंदी गई, वह अपनिया रचनावां ते होर निखार लिआउण लग्गिआ। ते फिर मोहन सिंह अपने जथे तो पारस दीआं लिखीआं रचनावां पेश करवाउण लग्गा। मोहन सिंह दे जथे च रहिंदिआं करनैल सिंह पारस अखाड़ा बन्नण दा ढंग ते कविता पेश करन दे ढंग सब जे सारे जरूरी नुक्ते भी सिख गया। मोहन सिंह ने पारस दी कविता परख ली ते उस दीआं कवितावां ही गाउण लग्गिआ। इह करनैल सिंह पारस दी उडान दे दिन सन दोस्तों, जिथों उडान भर के उसने उच्चे आसमानां विच उडारी भरनी सी। उहदी शायरी दी उडान इस कवीशरी विचों वी माणदे आ ते फिर उस तों बाद इक लैने आ ब्रेक ते ब्रेक तों बाद करनैल सिंह पारस बारे होर गल्लां बातां वी करांगे। उठ जाग मुसाफिर तू होई पार नगारे वजे, जो करना अब कर ले, करना कल सो कर ले अजे। नफलत विच बीत गया मुड़ के हाथ नहीं आना वेला, मैं आने जान बढ़िया दुनिया चौक दिना ना वेला। फल टैनी लगने ना और फल टैनी लगने ना, वापस लहरा कदे नी मुड़िया, कठ नाल सबबा दे बेड़ी पूर तरिजनी कुड़िया। ਕੁਮਰਾ ਪਾਉਂਦਾ ਸੀ ਉੱਚਾ ਤਾਣ ਤਾਣ ਕੇ ਸੀਨਾ, ਉੱਤੇ ਬੈਠ ਬਨੇਰੇ ਦੇ ਗੁੱਟਕੂ ਕਹੇ ਕਬੂਤਰ ਚੀਨਾ। ਪੂਤ ਸਵਾ ਲੱਖ ਨਾਤੀ ਨਿਤ ਜਗੇ ਦੀਪ ਮਾਲਾ, ਉਸ ਘਰ ਨਾ ਦੀਵਾਨਾ ਬਾਤੀ। ਵੀਰ ਪੈਗੰਬਰਾਂ ਨੇ ਮੰਨੀ ਮੌਤ ਗੁਰੂ ਜਗ ਚੇਲਾ, ਤਾਕਤ ਦੇ ਨਾ ਕਰ ਮਣਾ ਮੂਰਖਾ ਬਦੀਆਂ। ਕਰੂ ਕਰ ਲੈ ਨੇਕੀ ਖੱਟ ਕੇ ਜਨਮ ਸਹੇ,
ਸੰਸਾਰੀ ਰਿਸ਼ਤਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਏਸ਼ੀਆ ਟੀ ਵੀ ਦੇ ਸੀਰਤ ਪ੍ਰੋਗਰਾਮ ਵਿੱਚ। ਦੋਸਤੋ, ਗੱਲ ਕਰ ਰਿਹਾ ਸੀਗਾ ਕਰਨੈਲ ਸਿੰਘ ਪਾਰਸ ਹੋਣਾ ਦੀ। 7 ਕੁ ਵਰੇ ਮੋਹਨ ਸਿੰਘ ਨਾਲ ਵਿਚਰਨ ਪਿੱਛੋਂ ਕਰਨੈਲ ਸਿੰਘ ਪਾਰਸ ਦੀ ਮੋਹਨ ਸਿੰਘ ਦੇ ਭਰਾ ਸੋਹਣ ਸਿੰਘ ਦੇ ਨਾਲ ਫਿੱਕ ਪੈ ਗਈ ਅਤੇ ਉਹਨੇ ਆਪਣੇ ਗੁਰੂ ਜੀ ਤੋਂ ਆਗਿਆ ਲੈ ਕੇ ਉਹਦੇ ਜਥੇ ਦਾ ਸਾਥ ਛੱਡ ਦਿੱਤਾ। ਫਿਰ ਸਿੱਧਵਾਂ ਦੇ ਰਣਜੀਤ ਸਿੰਘ ਨਾਲ ਪਾਰਸ ਨੇ ਇਕੱਠਿਆਂ ਗਾਉਣਾ ਸ਼ੁਰੂ ਕੀਤਾ। ਇਹਨਾਂ ਦਾ ਤੀਸਰਾ ਸਾਥੀ ਬਹੁਤੀ ਦੇਰ ਨਾ ਨਿਭਿਆ ਅਤੇ ਉਸ ਤੋਂ ਬਾਅਦ ਰਣਜੀਤ ਸਿੰਘ ਦੇ ਰਿਸ਼ਤੇਦਾਰ ਚੰਦ ਸਿੰਘ ਜੰਡੀ ਨੂੰ ਵੀ ਇਹਨਾਂ ਨੇ ਜੀ ਆਪਣੇ ਜਥੇ ਦੇ ਨਾਲ ਰਲਾ ਲਿਆ ਅਤੇ ਫਿਰ ਉਸ ਤੋਂ ਬਾਅਦ ਰਾਮੂਵਾਲੀਏ ਪਾਰਸ ਦਾ ਜਥਾ ਥੋੜ੍ਹੇ ਸਮੇਂ ਦੇ ਵਿੱਚ ਹੀ ਬਹੁਤ ਪ੍ਰਸਿੱਧ ਹੋ ਗਿਆ। ਦੋਸਤੋ, ਕਰਨੈਲ ਸਿੰਘ ਪਾਰਸ ਦੇ ਵਿਆਹ ਦੀ ਗੱਲ ਚੱਲਦੀ ਤਾਂ ਕੁੜੀ ਵਾਲੇ ਇਹ ਕਹਿ ਕੇ ਮੋੜ ਦਿੰਦੇ ਕਿ ਭਾਈ ਮੁੰਡਾ ਤਾਂ ਤੁਹਾਡਾ ਕਵੀਸ਼ਰੀ ਕਰਦਾ ਹੈ। ਪਰ ਸੰਨ 1938 ਵਿੱਚ ਹੀ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਬੋਪਾ ਰਾਏ ਕਲਾਂ ਦੇ ਵਾਸੀ ਸਰਦਾਰ ਸੰਤਾ ਸਿੰਘ ਅਤੇ ਬੀਬੀ ਭਗਵਾਨ ਕੌਰ ਨੇ ਆਪਣੀ ਸਪੁੱਤਰੀ ਦਲਜੀਤ ਕੌਰ ਦਾ ਵਿਆਹ ਵੀ ਪਾਰਸ ਨਾਲ ਸਗੋਂ ਇਸ ਕਰਕੇ ਕੀਤਾ ਕਿ ਮੁੰਡਾ ਕਵੀਸ਼ਰੀ ਬਹੁਤ ਵਧੀਆ ਕਰਦਾ ਹੈ। ਪਾਰਸ ਬਣੇ ਕਰਨੈਲ ਸਿੰਘ ਨੇ ਆਪਣੇ ਪਹਿਲੇ ਗੁਰੂ ਦੇ ਬਖਸ਼ੇ ਨਾਂ ਦੀ ਲਾਜ ਰੱਖਣ ਲਈ ਉਸਦੇ ਹਾਣ ਦਾ ਬਣਨ ਦਾ ਪ੍ਰਣ ਕਰ ਲਿਆ। ਉਸਨੇ ਸੱਚਾ ਵਿਦਵਾਨ ਅਤੇ ਸੁੱਚਾ ਇਨਸਾਨ ਬਣਨ ਦੀ ਧਾਰ ਲਈ। ਹਿੰਦੀ ਪੰਜਾਬੀ ਦੇ ਨਾਲ ਉਸਨੇ ਕਿਸੇ ਮੌਲਵੀ ਤੋਂ ਉਰਦੂ ਦੀ ਵੀ ਸਿੱਖਿਆ। ਉਹਨੇ ਹਿੰਦੂ, ਸਿੱਖ ਅਤੇ ਇਸਲਾਮ ਆਦਿ ਧਰਮਾਂ ਦਾ ਡੂੰਘਾ ਅਧਿਐਨ ਵੀ ਕੀਤਾ। ਆਧੁਨਿਕ ਸਾਹਿਤ ਵੀ ਪੜ੍ਹਨਾ ਸ਼ੁਰੂ ਕੀਤਾ। ਵੇਦਾਂ ਦੀ ਅਜਿਹੀ ਡੂੰਘੀ ਲਗਨ ਨੇ ਉਸ ਅੰਦਰ ਸਾਹਿਤ ਅਤੇ ਕਵਿਤਾ ਨਾਲ ਪਿਆਰ ਕਰਨ ਦਾ ਤੀਬਰ ਜਜ਼ਬਾ ਪੈਦਾ ਕਰ ਦਿੱਤਾ। ਉਸ ਅੰਦਰ ਕਵੀਸ਼ਰੀ ਦਾ ਅਜਿਹਾ ਚਿਰਾਗ ਬਲਿਆ ਕਿ ਇਸ ਦੀ ਲਾਟ ਨਾਲ ਪੰਜਾਬ ਦੀ ਕਵੀਸ਼ਰੀ ਦੀ ਪਰੰਪਰਾ ਨਵੇਂ ਰੰਗਾਂ ਦੇ ਅਰਥਾਂ ਵਿੱਚ ਚਿਲ ਮਿਲਾ ਉੱਠੀ। ਸਾਹਿਤ ਪੜ੍ਹਨ ਦੇ ਸ਼ੌਂਕ ਨੇ ਉਸਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸ਼ਹਿਦਾਈ ਬਣਾ ਦਿੱਤਾ। ਜਦੋਂ ਗੁਰਦੁਆਰਿਆਂ ਵਿੱਚ ਪ੍ਰੀਤਲੜੀ ਦਾ ਵੜਨਾ ਮਨ੍ਹਾ ਕੀਤਾ ਹੋਇਆ ਸੀ ਤਾਂ ਉਹ ਗੁਰਦੁਆਰਿਆਂ ਵਿੱਚ ਧਾਰਮਿਕ ਦੀਵਾਨਾਂ 'ਤੇ ਹਾਜ਼ਰ ਹੋਣ ਸਮੇਂ ਆਪਣੇ ਝੋਲੇ ਵਿੱਚ ਪ੍ਰੀਤਲੜੀ ਲੁਕਾ ਕੇ ਲੈ ਜਾਂਦਾ ਅਤੇ ਰਾਤ ਨੂੰ ਦੀਵੇ ਦੇ ਚੰਨ ਵਿੱਚ ਗੁਰਦੁਆਰੇ ਵਿਚਲੀ ਠਹਿਰ ਵਿੱਚ ਪੜ੍ਹਦਾ ਰਹਿੰਦਾ। ਪ੍ਰੀਤਲੜੀ ਦੇ ਨਿਰੰਤਰ ਪਾਠ ਨਾਲ ਉਸਨੇ ਆਪਣੇ ਅੰਦਰਲੇ ਵਹਿਮ ਭਰਮ ਅਤੇ ਧਾਰਮਿਕ ਅੰਧ ਵਿਸ਼ਵਾਸ ਦਾ ਨਦੀਨ ਪੁੱਟ ਸੁੱਟਿਆ। ਉਸਦੇ ਮਨ ਦੀ ਧਰਤੀ ਪੱਧਰੀ ਗਈ, ਵਾਹੀ ਅਤੇ ਸੁਹਾਗੀ ਗਈ। ਮਨ ਦੀ ਇਸ ਵਾਹੀ ਅਤੇ ਸੁਹਾਗੀ ਧਰਤੀ ਵਿੱਚ ਕਿਸ ਤਰ੍ਹਾਂ ਦੇ ਵਿਚਾਰਾਂ ਦਾ ਬੀਜ ਉੱਗਿਆ ਇਸ ਦਾ ਜ਼ਿਕਰ ਵੀ ਕਰਦੇ ਹਾਂ ਦੋਸਤੋ, ਪਰ ਪਹਿਲਾਂ ਸੁਣਦੇ ਹਾਂ ਇਹ ਰੰਗ। ਪੇਟੋਂ ਇੱਕ ਮਾਤਾ ਦਿਓ ਮੁੜ ਕੇ ਜਨਮ ਨੀ ਲੈਣਾ ਵੀਰਾ, ਪੇਟੋਂ ਇੱਕ ਮਾਤਾ ਦਿਓ ਮੁੜ ਕੇ ਜਨਮ ਨੀ ਲੈਣਾ ਵੀਰਾ, ਮਾਂ ਜਾਇਆ ਭਗਤ ਸਿਆ ਜਿਸ ਦੇ ਦਿਲ ਵਿੱਚ ਸਦਰਾਂ ਲੱਖਾਂ, ਮੈਂ ਅਮਰ ਕੌਰ ਭੈਣਾ ਕੋਲੇ ਭਰੀ ਖੜੀ ਹਾਂ ਅੱਖਾਂ, ਆਖਰ ਦੀ ਮਿਲਣੀ ਨੂੰ ਆਖਰ ਦੀ ਮਿਲਣੀ ਨੂੰ ਆਈ ਮੈਂ ਤੇਰੀ ਹਮਸ਼ੀਰਾ, ਪੇਟੋਂ ਇੱਕ ਮਾਤਾ ਦਿਓ ਮੁੜ ਕੇ ਜਨਮ ਨੀ ਲੈਣਾ ਵੀਰਾ, ਮਾਂ ਪਿਓ ਤੇ ਭੈਣ ਭਰਾ ਮਿਲਦੇ ਪੁੱਤਰ ਧੀਆਂ, ਮੁੜ ਇੱਕ ਥਾਂ ਜੰਮਣਾ ਨਾ ਆਪਾਂ ਇਸ ਟੱਬਰ ਦਿਆਂ ਜੀਆਂ, ਪਰ ਯਾਦ ਵਿਛੋੜੇ ਨੂੰ ਕਰ ਯਾਦ ਵਿਛੋੜੇ ਨੂੰ ਚੰਦਰਾ ਮਨ ਨਾ ਰਹਿੰਦਾ ਤੀਰਾ, ਪੇਟੋਂ ਇੱਕ ਮਾਤਾ ਦਿਓ ਮੁੜ ਕੇ ਜਨਮ ਨੀ ਲੈਣਾ ਵੀਰਾ, ਕਰਨੈਲ ਕਵੀਸ਼ਰ ਵੇ ਤੇਰੀ ਲਿਖੂ ਛੰਦਾਂ ਵਿੱਚ ਸ਼ਾਵਾ, ਚੜ੍ਹਤਾ
ਤਖਤੇ ਫਾਸੀ ਦੇ ਡੋਲੀ ਨਾਰਣ ਜੀਤ ਪਰਾਵਾ ਜਾਂ ਵਿੱਚ ਨਿਸ਼ਾਨੇ ਦੇ ਛੁੱਟਕ ਮਾਨੋ ਤੀਰਾ ਵੇ ਬੱਜੀ ਛੁੱਟਕ ਮਾਨੋ ਤੀਰਾ ਪੇਟੋਂ ਇੱਕ ਮਾਤਾ ਦਿਓ ਮੁੜ ਕੇ ਜਨਮ ਨੀ ਲੈਣਾ ਵੀਰਾ ਪੇਟੋਂ ਇੱਕ ਮਾਤਾ ਦਿਓ ਮੁੜ ਕੇ ਜਨਮ ਨੀ ਲੈਣਾ ਵੀਰਾ ਪ੍ਰਾਈਮ ਏਸ਼ੀਆ ਟੀਵੀ ਦੇ ਸੀਰਤ ਪ੍ਰੋਗਰਾਮ ਵਿੱਚ ਦੋਸਤੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਕਰਨੈਲ ਸਿੰਘ ਪਾਰਸ ਦੀ ਸੋਚ ਨੂੰ ਛਿੱਲਣ ਤਰਤੀਬਣ ਅਤੇ ਤਰਾਸ਼ਣ ਵਿੱਚ ਇੱਕ ਬੁਨਿਆਦੀ ਯੋਗਦਾਨ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਉਹਦੇ ਮਨ ਵਿੱਚੋਂ ਵਹਿਮ ਭਰਮ ਅੰਧ ਵਿਸ਼ਵਾਸ ਅਤੇ ਘਾਹ ਬੂਟੇ ਪੁੱਟ ਕੇ ਮਨ ਨੂੰ ਵਾਹ ਸੁਹਾਗ ਦਿੱਤਾ। ਫਿਰ ਇਸ ਮਨ ਵਿੱਚ ਤਰਕ, ਮਨ ਪ੍ਰੇਮ, ਬਰਾਬਰੀ ਅਤੇ ਸਮਾਜਵਾਦ ਦੇ ਨਵੇਂ ਅੰਕੁਰ ਫੁੱਟਣ ਲਾ ਦਿੱਤੇ। ਉਸ ਦੀ ਰੂਹ ਰੌਸ਼ਨ ਹੋ ਗਈ। ਉਹ ਹਿੰਦੂ, ਮੁਸਲਿਮ, ਸਿੱਖ, ਜੱਟ, ਬ੍ਰਾਹਮਣ, ਸ਼ੂਦਰ ਇਹਨਾਂ ਵਲਗਣਾਂ ਵਿੱਚੋਂ ਨਿਕਲ ਆਇਆ। ਇਨਸਾਨੀ ਮੁਹੱਬਤ ਦਾ ਸਦੀਵੀ ਸੁਨੇਹਾ ਬਣ ਗਿਆ। ਇਹੋ ਕਾਰਨ ਸੀ ਕਿ ਜਦੋਂ 47 ਵੇਲੇ ਧਰਮ ਦੇ ਨਾਂ 'ਤੇ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ ਤਾਂ ਉਹ ਆਪਣੀ ਜਾਨ ਖਤਰੇ ਵਿੱਚ ਪਾ ਕੇ ਗੁੰਡਿਆਂ ਕੋਲੋਂ ਆਪਣੇ ਪਿੰਡ ਦੇ ਮੁਸਲਮਾਨਾਂ ਨੂੰ ਬਚਾ ਕੇ ਉਹਨਾਂ ਨੂੰ ਕੈਂਪਾਂ ਵਿੱਚ ਪਹੁੰਚਾਉਣ ਦਾ ਧਰਮ ਨਿਭਾਉਂਦਾ ਰਿਹਾ। ਇਹ ਵੀ ਸੱਚ ਹੈ ਕਿ ਪ੍ਰੀਤ ਲੜੀ ਪੜ੍ਹਨ ਕਾਰਨ ਇੱਕ ਵਾਰ ਉਸਨੂੰ ਗੁਰਦੁਆਰੇ ਦੀਆਂ ਸਟੇਜਾਂ 'ਤੇ ਜਾਣ ਤੋਂ ਵੀ ਰੋਕ ਦਿੱਤਾ ਗਿਆ ਸੀ। ਦੋਸਤੋ, ਪ੍ਰੀਤ ਲੜੀ ਰੱਖੀ ਤਾਂ ਲੁਕੋ ਕੇ ਸੀ ਪਰ ਬੁਰਜ ਕਲਾਰੇ ਦੇ ਗੁਰਦੁਆਰੇ ਵਿੱਚ ਉਸਦੇ ਸਰਾਣੇ ਹੇਠਿਓਂ ਫੜੀ ਗਈ ਸੀ। ਪਰ ਪ੍ਰੀਤ ਲੜੀ ਦੇ ਵਿਚਾਰਾਂ ਦਾ ਰੰਗ ਉਸਦੀ ਕਵਿਤਾ ਵਿੱਚ ਘੁਲਣ ਲੱਗਾ ਸੀ। ਉਹਦਾ 1945 ਵਿੱਚ ਲਿਖਿਆ ਕਿੱਸਾ ਬਾਗੀ ਸੁਭਾਸ਼ ਪੜ੍ਹ ਕੇ ਤਾਂ ਵੇਖੋ। 70 ਸਾਲ ਪਹਿਲਾਂ ਲਿਖੇ ਕਿੱਸੇ ਵਿੱਚ ਪੇਸ਼ ਉਹਦੇ ਵਿਚਾਰ ਅੱਜ ਦੇ ਸਮੇਂ 'ਤੇ ਐਨ ਢੁੱਕਦੇ ਨੇ, ਜਿੱਥੇ ਆਮ ਕਿੱਸਾਕਾਰ ਰਚਨਾ ਦੇ ਸ਼ੁਰੂ ਵਿੱਚ ਪ੍ਰਭੂ ਦੀ ਉਸਤਤ ਵਜੋਂ ਮੰਗਲਾਚਰਨ ਉਚਾਰਦੇ ਨੇ, ਉੱਥੇ ਕਰਨੈਲ ਸਿੰਘ ਪਾਰਸ ਦਾ ਮੰਗਲਾਚਰਨ ਮੂਲੋਂ ਹੀ ਅਲਹਿਦਾ ਰੂਪ ਵਿੱਚ ਪੇਸ਼ ਹੁੰਦਾ ਹੈ। ਉਹ ਲਿਖਦਾ ਹੈ, ਵਾਹਿਗੁਰੂ ਐ ਗਾਡ ਭਗਵਾਨ ਰੱਬਾ ਜ਼ਰਾ ਮੁੱਖ ਦਿਖਾ ਖੁਦਾ ਸਾਨੂੰ ਬਾਂਗ ਸੰਖ ਘੜਿਆਲ ਅਤੇ ਗਿਰਗਟਾ ਤੂੰ ਆਪੋ ਵਿੱਚ ਨਾ ਲੜਾ ਸਾਨੂੰ ਰਹੇ ਸਾਧ ਫਕੀਰ ਅਤੇ ਬ੍ਰਹਮਚਾਰੀ ਤੇਰੇ ਨਾਮ 'ਤੇ ਲੁੱਟ ਕੇ ਖਾ ਸਾਨੂੰ ਚੋਰ ਠੱਗ ਲੁਟੇਰੇ ਦੀ ਕਰੇ ਮਦਦ ਤੇਰਾ ਬਦਲਿਆ ਦਿੱਸੇ ਸੁਭਾਅ ਸਾਨੂੰ। ਇੰਜ ਇਸ ਕਿੱਸੇ ਦੇ ਮੁੱਢ 'ਚ ਹੀ ਕਾਲਮਿਕ ਰੱਬ ਦੀ ਹੋਂਦ ਉੱਪਰ ਤਰਕਮਈ ਅੰਦਾਜ਼ ਵਿੱਚ ਅਣਗਿਣਤ ਕਟਾਕਸ਼ ਕਰਦਿਆਂ ਉਹ ਅੱਜ ਦੇ ਯੁੱਗ ਦੀ ਤਰਕਸ਼ੀਲ ਲਹਿਰ ਦੇ ਬੀਜ 70 ਸਾਲ ਪਹਿਲਾਂ ਹੀ ਬੀਜ ਗਿਆ ਸੀ। ਲਓ ਸੁਣਦੇ ਹਾਂ ਜੀ ਉਹਨਾਂ ਦੀ ਲਿਖੀ ਇੱਕ ਹੋਰ ਕਵੀਸ਼ਰੀ ਅਤੇ ਉਸ ਤੋਂ ਬਾਅਦ ਲੈਂਦੇ ਹਾਂ ਇੱਕ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਪਾਰਸ ਸਾਹਿਬ ਹੋਣਾ ਬਾਰੇ ਹੋਰ ਗੱਲਾਂ ਕਰਾਂਗੇ ਜੀ। ਮੈਂ ਆਸੋ ਭਾਗ ਪਰੀ ਪੁੱਤਰ ਨੂੰ ਵਿਦਿਆ ਕਰਿਆ ਮੈਂ ਆਸੋ ਭਾਗ ਪਰੀ ਪੁੱਤਰ ਨੂੰ ਵਿਦਿਆ ਕਰਿਆ ਇਹ ਸੇਵਾ ਥੋੜੀ ਜੀ ਭੈਣੋ ਹਿੱਸੇ ਆਈ ਸਾਡੇ ਜੰਗ ਚੜ੍ਹਨੀ ਪਰਸੋਂ ਨੂੰ ਅੜੀਓ ਰਲ ਕੇ ਨਾਲ ਤੁਹਾਡੇ ਘੋੜੀ ਗਾਵਾਂ ਮੈਂ ਆਸੋ ਭਾਗ ਪਰੀ ਪੁੱਤਰ ਨੂੰ ਵਿਦਿਆ ਕਰਿਆ ਚੜੀ ਭਗਤ ਸਿੰਘ ਨੂੰ ਭਾਰਤ ਦੀ ਭਗਤੀ ਦੀ ਮਸਤੀ 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 ਹੈ ਚੜੀ ਭਗਤ ਸਿੰਘ ਨੂੰ ਭਾਰਤ ਦੀ ਭਗਤੀ ਦੀ ਮਸਤੀ ਇੱਕ ਪਾਸੇ ਮਮਤਾ ਹੈ ਦੂਜੇ ਪਾਸੇ ਵਤਨ ਪਰਸਤੀ ਦੀਆਂ ਕਥਾਵਾਂ ਮੈਂ ਆਸੋ ਭਾਗ ਪਰੀ ਪੁੱਤਰ ਨੂੰ ਵਿਦਿਆ ਕਰਿਆ ਬਿਨ ਬਲੀ ਦਿੱਤਿਆ ਤੋਂ ਸਾਥੀ ਸਾਵਾਂ
ਮੈਂ ਆਸੋ ਭਾਗ ਭਰੀ ਪੁੱਤਰ ਨੂੰ ਵਿਦਿਆ ਕਰ ਆਵਾ ਸੀਤਲ ਸਿਰ ਲੱਖਾਂ ਦਾ ਸੀਤਲ ਸਿਰ ਲੱਖਾਂ ਦਾ ਬੜਾ ਲੜਾਕਾ ਅੱਗ ਪਮੂਕਾ ਆਸ਼ਕ ਨੂੰ ਪਾ ਗਈਆਂ ਜਗਰੇ ਹੱਥੀ ਮੋਦਮ ਸ਼ੂਕਾ ਦੀਆਂ ਦਾਵਾ ਮੈਂ ਆਸੋ ਭਾਗ ਭਰੀ ਪੁੱਤਰ ਨੂੰ ਵਿਦਿਆ ਕਰ ਗਿਰੀ ਤੂਫਾਨਾ ਤੇ ਘੁੰਮਣ ਚੇਰ ਸਾਡੀ ਕਿਸ਼ਤੀ ਚੱਲੇ ਹਨ ਸਹੁਰਿਆਂ ਨੂੰ ਤਿੰਨ ਗਵਾਰੇ ਬੰਨ ਗ੍ਰਿਸ਼ਤੀ ਲੈ ਕੇ ਲਾਵਾ ਮੈਂ ਆਸੋ ਭਾਗ ਭਰੀ ਪੁੱਤਰ ਨੂੰ ਵਿਦਿਆ ਕਰ ਆਵਾ ਲਾਲਾ ਕੇ ਬੀਕਾ ਨੂੰ ਗੋਰਿਆ ਖੂਨ ਦੇਸ਼ ਦਾ ਪੀਤਾ 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 ਲਾਲਾ ਕੇ ਬੀਕਾ ਦੇਸ਼ ਦਾ ਪਿਤਾ ਅਸੀਂ ਦੇਸ਼ ਲਈ ਮਰਨਾ ਜਿਹੜਾ ਚਾਚੇ ਦੇ ਕੀਤਾ ਮਨ ਬਣਾਵਾ ਮੈਂ ਆਸੋ ਭਾਗ ਭਰੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਏਸ਼ੀਆ ਟੀਵੀ ਦੇ ਸਿਰਤ ਪ੍ਰੋਗਰਾਮ ਵਿੱਚ ਦੋਸਤੋ ਬ੍ਰੇਕ ਤੋਂ ਪਹਿਲਾਂ ਸਰਦਾਰ ਕਰਨੈਲ ਸਿੰਘ ਪਾਰਸ ਦੀ ਕਵਿਤਾ ਵਿੱਚ ਪੇਸ਼ ਤਰਕਸ਼ੀਲ ਵਿਚਾਰਾਂ ਦਾ ਹਵਾਲਾ ਸਾਂਝਾ ਕਰ ਰਿਹਾ ਸਾਂ ਦੂਸਰੇ ਪਾਸੇ ਉਹ ਸਾਮਰਾਜੀ ਗੋਰਿਆਂ ਵੱਲੋਂ ਕੀਤੀ ਜਾਂਦੀ ਭਾਰਤੀ ਲੋਕਾਂ ਦੀ ਲੁੱਟ ਨੂੰ ਪੇਂਡੂ ਮੁਹਾਵਰੇ 'ਚ ਲਪੇਟ ਕੇ ਕਮਾਲ ਦੀ ਸ਼ਾਇਰੀ ਰਾਹੀਂ ਪੇਸ਼ ਕਰਦਾ ਉਹ ਕਹਿੰਦਾ ਹੈ ਕਿ ਸਾਡੀ ਭੋਲਿਆਂ ਕਾਲਿਆਂ ਵਛੜਿਆਂ ਦੀ ਰੱਤ ਚੂਸ ਗਈ ਲੰਡਣੀ ਚੋਕ ਯਾਰੋ ਦਾਣੇ ਭੁੰਨਦੀ ਹਿੰਦੀਆਂ ਸਾਡਿਆਂ ਦੀ ਭੱਠੀ ਢਾ ਗਿਆ ਦੁੱਧੀਆ ਬੋਕ ਯਾਰੋ ਦੋਸਤੋ ਬੇਝਿਜਕ ਹੋ ਕੇ ਖਰੀ ਗੱਲ ਕਹਿ ਦੇਣਾ ਕਰਨੈਲ ਸਿੰਘ ਪਾਰਸ ਦੇ ਸੁਭਾਅ ਦਾ ਇੱਕ ਹਿੱਸਾ ਸੀ ਉਹ ਤਰਕਸ਼ੀਲ ਦ੍ਰਿਸ਼ਟੀਕੋਣ ਦਾ ਧਾਰਨੀ ਸੀ ਇੱਕ ਵਾਰ ਪਾਰਸ ਦੰਪਤੀ ਇੰਡੀਆ ਨੂੰ ਆ ਰਹੇ ਸਨ ਕਿ ਉਹਨਾਂ ਦਾ ਜਹਾਜ਼ ਰਾਹ ਵਿੱਚ ਹੀ ਖਰਾਬ ਹੋ ਗਿਆ ਪਾਇਲਟ ਨੇ ਜਹਾਜ਼ ਦੀ ਖਰਾਬੀ ਦਾ ਐਲਾਨ ਜਦੋਂ ਹਵਾ ਵਿੱਚ ਕੀਤਾ ਤਾਂ ਜਹਾਜ਼ ਵਿੱਚ ਮੌਤ ਵਰਗੀ ਖਾਮੋਸ਼ੀ ਛਾ ਗਈ ਫਿਰ ਲੋਕ ਹੱਥ ਜੋੜ ਕੇ ਪਾਠ ਕਰਨ ਲੱਗੇ ਅਰਦਾਸਾਂ ਕਰਨ ਲੱਗੇ ਉਸ ਦੀ ਪਤਨੀ ਦਲਜੀਤ ਕੌਰ ਵੀ ਹੱਥ ਜੋੜ ਕੇ ਵਾਹਿਗੁਰੂ ਕਰਨ ਲੱਗੀ ਤਾਂ ਫਿਰ ਪਾਰਸ ਹੱਸ ਕੇ ਕਹਿੰਦਾ ਉਹ ਦਲਜੀਤ ਕੁਰੇ ਤੈਨੂੰ ਕਿਸੇ ਤੇਰੇ ਰੱਬ ਰੂਬ ਨੇ ਨਹੀਂ ਬਚਾਉਣਾ ਜੇ ਬਚਾਇਆ ਤਾਂ ਉਸੇ ਪਾਇਲਟ ਨੇ ਹੀ ਬਚਾਉਣਾ ਹੈ ਅਤੇ ਦੋਸਤੋ ਸੱਚਮੁੱਚ ਉਹਨਾਂ ਦੇ ਪਾਇਲਟ ਨੇ ਉਹਨਾਂ ਨੂੰ ਬਚਾ ਲਿਆ ਉਹ ਜਹਾਜ਼ ਮੋੜ ਕੇ ਪਟੜੀ 'ਤੇ ਲੈ ਆਇਆ ਅਤੇ ਨਵੀਂ ਉਡਾਣ ਰਾਹੀਂ ਉਹ ਦੋਵੇਂ ਭਾਰਤ ਰਵਾਨਾ ਹੋ ਗਏ ਕਹਿਣ ਦਾ ਭਾਵ ਕਿ ਮੌਤ ਨੂੰ ਇੰਨਾ ਸਾਹਮਣੇ ਵੇਖ ਕੇ ਆਪਣੀ ਤਰਕਸ਼ੀਲ ਸੋਚ ਨਾਲ ਜੁੜੇ ਰਹਿਣ ਦਾ ਇਹ ਜਿਗਰਾ ਕਿਸੇ ਵੱਡੇ ਬੰਦੇ ਦਾ ਹੀ ਭਾਗ ਬਣਦਾ ਹੈ ਉਹ ਆਪ ਹੀ ਨਹੀਂ ਸਗੋਂ ਉਸ ਦੇ ਲਿਸ਼ਕਾਏ ਸੈਂਕੜੇ ਕਵੀਸ਼ਰ ਉਸ ਦੇ ਸ਼ਾਗਿਰਦਾਂ ਨੇ ਉਸ ਦੇ ਨਾਂ ਦੀ ਚਮਕ ਨੂੰ ਉਸ ਵਾਂਗ ਹੀ ਦੇਸ਼ ਵਿਦੇਸ਼ ਵਿੱਚ ਫੈਲਾਇਆ ਹੈ ਇੰਜ ਪਾਰਸ ਨੇ ਕਵੀਸ਼ਰੀ ਦੀ ਮਹਾਨ ਪਰੰਪਰਾ ਨੂੰ ਫੈਲਾਉਣ ਦੇ ਨਾਲ ਨਾਲ ਜਿਉਂਦੀ ਰੱਖਣ ਦਾ ਕਾਰਜ ਵੀ ਕੀਤਾ ਸੋ ਦੋਸਤੋ ਉਸ ਦੇ ਸ਼ਾਗਿਰਦਾਂ ਵਿੱਚੋਂ ਸਿਖਰਲੀ ਉਦਾਹਰਨ ਜਿਹੜੀ ਹੈ ਜੀ ਉਹ ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮ ਐਕਟਰ ਹਰਭਜਨ ਮਾਨ ਦੀ ਦਿੱਤੀ ਜਾ ਸਕਦੀ ਹੈ ਜਿਸ ਨੂੰ ਗਾਇਨ ਕਵੀਸ਼ਰੀ ਅਤੇ ਸੁਰ ਸ਼ਬਦ ਦੀ ਪਹਿਲੀ ਸਮਝ ਆਪਣੇ ਬਾਪੂ ਪਾਰਸ ਕੋਲੋਂ ਹੀ ਮਿਲੀ ਅਤੇ ਜਿਹੜੇ ਕਵੀਸ਼ਰ ਸਿੱਧੇ ਤੌਰ 'ਤੇ ਉਸਦੇ ਸ਼ਾਗਿਰਦ ਨਹੀਂ ਵੀ ਸਨ ਉਹ ਵੀ ਉਸਦੀਆਂ ਕਵਿਤਾਵਾਂ ਪਿੱਛੇ ਆਪਣਾ ਨਾਂ ਜੋੜ ਕੇ ਉਸਦੇ ਹਵਾਲੇ ਨਾਲ ਹੀ ਸਥਾਪਿਤ ਹੋਣ ਦੇ ਯਤਨ ਕਰਦੇ ਰਹਿੰਦੇ ਨੇ ਢਾਡੀ ਪਰੰਪਰਾ ਨੂੰ ਸਥਾਪਿਤ ਅਤੇ ਵਿਕਸਿਤ ਕਰਨ ਵਿੱਚ ਜਿੰਨਾ ਵੱਡਾ ਨਾਂ ਗਿਆਨੀ ਸੋਹਣ ਸਿੰਘ ਸੀਤਲ ਦਾ ਹੈ ਕਵੀਸ਼ਰੀ ਦੀ ਪਰੰਪਰਾ ਵਿੱਚ ਕਰਨੈਲ ਸਿੰਘ ਪਾਰਸ ਵੀ ਓਡਾ ਹੀ ਵੱਡਾ ਨਾਂ ਹੈ ਜੀ ਪੜ੍ਹਦੇ ਰਹਿਣਾ ਅਤੇ ਨਿਰੰਤਰ ਅਧਿਐਨ ਕਰਦੇ ਰਹਿਣਾ ਉਸਨੂੰ ਸਾਹ ਲੈਣ ਵਰਗਾ ਕਾਰਜ ਹੀ ਲੱਗਦਾ ਸੀ ਉਮਰ ਦੇ ਅੰਤਲੇ ਦਿਨਾਂ ਤੱਕ ਉਸਨੇ ਆਪਣੇ ਇਸ ਸ਼ੌਂਕ ਨੂੰ ਜਿਉਂਦੇ ਰੱਖਿਆ ਸੋ ਦੋਸਤੋ ਗੱਲਾਂ ਆਪਾਂ ਹੋਰ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਆਓ ਸੁਣਦੇ ਹਾਂ ਜੀ ਇੱਕ ਰੰਗ ਨਮਸਕਾਰ ਇਸ ਧਰਤੀ ਨੂੰ ਨਮਸਕਾਰ ਇਸ ਧਰਤੀ ਨੂੰ ਜਿੱਥੇ ਪਾਰਸ ਪੈਦਾ ਹੋਇਆ ਵਾਰਸ ਸ਼ਾਦ ਵਿਰਸੇ ਦਾ ਜਿੱਥੇ ਤੇ ਵਾਰਸ ਪੈਦਾ ਹੋਇਆ ਤੂੰ ਰੂਹ ਦੀਆਂ
ਸਾਜ ਦੇ ਅੰਦਰ ਤੇ ਸੌ ਸੌ ਰਮਜ਼ਾਂ ਭਰੀਆਂ ਮਾਖਿਓ ਮਿੱਠੀ ਸਾਦ ਮੁਰਾਦੀ ਤੇਰੀ ਰੂਹ ਚੋਂ ਨਿਕਲੀ ਬੋਲੀ ਮਾਨਾ ਕਵਿਤਾ ਪਾਰਸ ਦੀ ਜਿਵੇਂ ਤੇ ਦੁੱਧ ਮਿਸ਼ਰੀ ਵਿੱਚ ਕੋਲੀ ਇਸ ਰੈਬਰ ਦੀ ਉਂਗਲੀ ਫੜ ਕੇ ਇਸ ਰੈਬਰ ਦੀ ਉਂਗਲੀ ਫੜ ਕੇ ਤੇ ਮੈਂ ਇਸ ਪਿੜ ਵਿੱਚ ਆਇਆ ਪਾਰਸ ਦੀ ਛੂਨੇ ਜ਼ਰਹ ਤੇ ਸੋਨੇ ਜਿਹਾ ਬਣਾਇਆ। ਪ੍ਰਾਈਮ ਏਸ਼ੀਆ ਦੇ ਸੀਰਤ ਪ੍ਰੋਗਰਾਮ ਵਿੱਚ ਦੋਸਤੋ ਗੱਲ ਚੱਲ ਰਹੀ ਹੈ ਜੀ ਮਹਾਨ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ, ਜਿਸ ਦਾ ਦੋਸਤੋ ਇਹ ਜਨਮ ਸ਼ਤਾਬਦੀ ਸਾਲ ਚੱਲ ਰਿਹਾ ਹੈ। ਚੰਗੀ ਲਿਖਦਾ ਉਹ ਡੁੱਲ ਡੁੱਲ ਪੈਂਦਾ ਆਸ਼ਕ ਸੀ। ਜਿਸ ਕਿਸੇ ਦੀ ਕੋਈ ਲਿਖਤ ਉਸਨੂੰ ਚੰਗੀ ਲੱਗਦੀ ਤਾਂ ਲੇਖਕ ਭਾਵੇਂ ਉਹਦੇ ਪੋਤਰਿਆਂ ਦੇ ਹਾਣ ਦਾ ਕਿਉਂ ਨਾ ਹੁੰਦਾ, ਉਹ ਉਸਨੂੰ ਫੋਨ ਕਰਦਾ, ਵਧਾਈਆਂ ਦਿੰਦਾ, ਚਾਹੇ ਉਹ ਕੈਨੇਡਾ ਕਿਉਂ ਨਾ ਬੈਠਾ ਹੁੰਦਾ। ਅਤੇ ਜੇ ਕਿਤੇ ਪਾਰਸ ਪੰਜਾਬ ਵਿੱਚ ਹੁੰਦਾ, ਕਾਰ ਕਢਵਾਉਂਦਾ ਤਾਂ ਕਿਸੇ ਆਪਣੇ ਦੇ ਸਾਥ ਵਿੱਚ ਲੇਖਕ ਦੇ ਘਰ ਤੱਕ ਵੀ ਪਹੁੰਚ ਜਾਂਦਾ। ਲਿਖਤ ਲਿਖਣ ਵਾਲੇ ਉਸਦੇ ਹੱਥਾਂ ਨੂੰ ਚੁੰਮਦਾ, ਲਾਡ ਕਰਦਾ ਅਤੇ ਚੰਗੀ ਲਿਖਤ ਲਿਖਣ ਦੇ ਸ਼ਗਨ ਵਜੋਂ 100 ਜਾਂ 500 ਦਾ ਨੋਟ ਉਸਦੇ ਸਿਰ ਤੋਂ ਵਾਰ ਕੇ ਉਸਦੀ ਜੇਬ ਵਿੱਚ ਪਾ ਦਿੰਦਾ। ਚਾਹ ਵਿੱਚ ਭਰ ਕੇ ਉਹਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅੱਥਰੂ ਡੁੱਲਣ ਲੱਗਦੇ। ਦੋਸਤੋ, ਆਪਣੀ ਧਰਤੀ ਅਤੇ ਆਪਣੇ ਲੋਕਾਂ ਨਾਲ ਉਸਦੇ ਡੂੰਘੇ ਮੋਹ ਦੀ ਮਿਸਾਲ ਇਹ ਹੈ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਰਹਿੰਦਾ ਤਾਂ ਭਾਵੇਂ ਕੈਨੇਡਾ ਵਿੱਚ ਆਪਣੇ ਬੱਚਿਆਂ ਕੋਲ ਸੀ, ਪਰ ਸਿਆਲ ਦੇ ਦਿਨਾਂ ਵਿੱਚ 6 ਮਹੀਨੇ ਆਪਣੇ ਪਿੰਡ ਰਾਮੂ ਵਾਲੇ ਹੀ ਕੱਟਦਾ ਔਰ ਉਸ ਕੋਲ ਮਿਲਣ ਆਉਣ ਵਾਲਿਆਂ ਦਾ ਜਿਹੜਾ ਸੀ ਜੀ ਉਹ ਤਾਂਤਾ ਲੱਗਾ ਰਹਿੰਦਾ ਸੀ। ਹਰ ਕਿਸਮ ਦੀ ਖਾਣ ਪੀਣ ਦੀ ਸੇਵਾ ਤੋਂ ਇਲਾਵਾ ਉਹ ਆਪਣੇ ਸ਼ਬਦਾਂ ਦੇ ਅਨਾਰਾਂ ਨਾਲ ਹਰ ਆਏ ਗਏ ਦੀ ਰੂਹ ਜਿਹੜੀ ਸੀ ਜੀ ਉਹ ਵੀ ਰਸ਼ਨਾਉਂਦਾ ਰਹਿੰਦਾ ਔਰ ਉਸਦੇ ਪਿੰਡ ਦਾ ਹਾਈ ਸਕੂਲ ਉਸਦੇ ਨਾਂ ਦੇ ਉੱਪਰ ਬਣਿਆ ਹੋਇਆ ਹੈ। ਉਹ ਹਰੇਕ ਸਾਲ ਆਪਣੇ ਕੋਲੋਂ ਲੱਖਾਂ ਰੁਪਈਏ ਆਪਣੇ ਪਿੰਡ ਦੀ ਭਲਾਈ ਵਾਸਤੇ ਖਰਚਦਾ ਸੀ। ਉਸਨੇ ਆਪਣੇ ਖਰਚ 'ਤੇ ਪਿੰਡ ਵਿੱਚ ਇੱਕ ਬਿਰਧ ਘਰ, ਡਿਸਪੈਂਸਰੀ, ਲਾਇਬ੍ਰੇਰੀ, ਜਿਮ ਖਾਨਾ, ਦਲਿਤਾਂ ਲਈ ਧਰਮਸ਼ਾਲਾ ਬਣਾ ਕੇ ਦਿੱਤੇ। ਦੋਸਤੋ, ਉਹ ਗੁਰੂ ਨਾਨਕ ਦਾ ਇੱਕ ਸੱਚਾ ਸਿੱਖ ਸੀ। ਉਸਨੂੰ ਆਪਣੇ ਲੋਕਾਂ ਲਈ ਆਪਾ ਲਟਾਉਣ ਦਾ ਚਾਅ ਰਹਿੰਦਾ ਸੀ। ਬਾਬੇ ਨਾਨਕ ਵਾਂਗ ਹੀ ਉਸਨੂੰ ਜ਼ਾਤਾਂ ਪਾਤਾਂ ਦੇ ਆਧਾਰ 'ਤੇ ਵੰਡਿਆ ਸਮਾਜ ਪ੍ਰਵਾਨ ਨਹੀਂ ਸੀ। ਇਸੇ ਕਰਕੇ ਜਦੋਂ ਉਸਨੇ ਆਪਣੇ ਪਿੰਡ ਦੇ ਸਿਵਿਆਂ ਨੂੰ ਸਵਾਰਨ ਲਈ ਦਾਨ ਦਿੱਤਾ ਤਾਂ ਤਥਾ ਕਥਿਤ ਸਵਰਨ ਜਾਤੀਆਂ ਦੇ ਸਿਵਿਆਂ ਨਾਲੋਂ ਦਲਿਤ ਜਾਤੀਆਂ ਦੇ ਸਿਵਿਆਂ ਲਈ ਦੁੱਗਣੇ ਪੈਸੇ ਦਿੱਤੇ ਸਨ। ਦੋਸਤੋ, ਪ੍ਰੋਗਰਾਮ ਦੀ ਆਖਰੀ ਘੜੀ ਵਿੱਚ ਮੈਂ ਉਸ ਲਈ ਇਹ ਅਰਦਾਸ ਕਰਨ ਤੋਂ ਵੀ ਝਿਜਕਦਾ ਕਿ ਪਰਮਾਤਮਾ ਉਸਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਕਿਉਂਕਿ ਬਾੜੇਵਾਲ ਪਿੰਡ ਵਿੱਚ ਉਸਦੇ ਕੁੜਮ ਦੇ ਭੋਗ ਦੀ ਰਸਮ ਮੌਕੇ ਵੱਡੇ ਵੱਡੇ ਅਮੀਰਾਂ ਵਜ਼ੀਰਾਂ ਨੇ ਆਪਣੇ ਸ਼ਰਧਾਂਜਲੀ ਸ਼ਬਦਾਂ ਵਿੱਚ ਉਸਦੇ ਕੁੜਮ ਦੀ ਆਤਮਾ ਨੂੰ ਪਰਮਾਤਮਾ ਵੱਲੋਂ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਬੇਨਤੀ ਕੀਤੀ ਸੀ ਤਾਂ ਪਾਰਸ ਨੇ ਸਮਾਗਮ ਦੇ ਅਖੀਰ 'ਤੇ ਸੰਗਤ ਨੂੰ ਧੰਨਵਾਦੀ ਸ਼ਬਦ ਕਹਿੰਦਿਆਂ ਇਹ ਕਿਹਾ ਸੀ ਕਿ ਅਸੀਂ ਆਪ ਹੀ ਤਾਂ ਆਖਦੇ ਹਾਂ ਕਿ ਪਰਮਾਤਮਾ ਨਿਰਆਕਾਰ ਹੈ, ਉਸਦਾ ਕੋਈ ਆਕਾਰ ਹੀ ਨਹੀਂ। ਜੇ ਉਸਦਾ ਆਕਾਰ ਹੀ ਨਹੀਂ ਤਾਂ ਫਿਰ ਉਸਦਾ ਸਰੀਰ ਕਿੱਥੋਂ ਆਇਆ, ਉਸਦੇ ਕਰ ਪੈਰ ਕਿੱਥੋਂ ਆਏ, ਜੇ ਉਸਦੇ ਚਰਨ ਹੈ ਹੀ ਨਹੀਂ ਤਾਂ ਚਰਨਾਂ ਵਿੱਚ ਨਿਵਾਸ ਕਾਹਦਾ। ਕਰਨੈਲ ਸਿੰਘ ਪਾਰਸ ਨੂੰ ਕੋਈ ਲੋਕ ਮਨਾਂ ਦਾ ਕਵੀਸ਼ਰ ਕਹਿੰਦਾ ਹੈ ਅਤੇ ਕੋਈ ਕਵੀਸ਼ਰਾਂ ਦਾ ਕਵੀਸ਼ਰ ਕਹਿੰਦਾ ਹੈ, ਕੋਈ ਕੱਚੇ ਦੁੱਧ ਦਾ ਕਟੋਰਾ, ਕੋਈ ਮੋਹ ਦਾ ਦਰਿਆ ਅਤੇ ਕੋਈ ਦਿਲਾਂ ਦਾ ਬੇਤਾਜ ਬਾਦਸ਼ਾਹ। ਉਹ ਕਵੀਸ਼ਰੀ ਦਾ ਬਾਬਾ ਬੋਰ ਸੀ। ਉਸਦੀ ਕਵੀਸ਼ਰੀ ਨੇ ਦੇਸ਼ ਵਿਦੇਸ਼ ਧੁੰਮਾਂ ਪਾਈਆਂ ਰੱਖੀਆਂ ਅਤੇ ਲੱਖਾਂ ਸਰੋਤਿਆਂ ਨੂੰ ਕੀਲੀ ਰੱਖਿਆ। ਉਸਨੇ ਸ਼ਾਇਰਾਂ ਦੀ ਜ਼ੁਬਾਨ 'ਚ ਮਿਠਾਸ ਭਰਨ ਦੀ ਵੰਦਨਾ ਕਰਦਿਆਂ ਲੁਕਾਈ ਦੀ ਕੁੜੱਤਣ ਦੂਰ ਕੀਤੀ। ਦੋਸਤੋ, ਜਦੋਂ ਕਦੇ ਪੰਜਾਬੀ ਦੀ ਸਮੁੱਚੀ ਗਾਇਨ ਕਲਾ ਦਾ ਇਤਿਹਾਸ ਲਿਖਿਆ ਗਿਆ ਤਾਂ ਉਸ ਵਿੱਚ ਕਰਨੈਲ ਸਿੰਘ ਪਾਰਸ ਦੀ ਰਚਨਾ ਅਤੇ ਰਾਮੂ ਵਾਲੀਏ ਕਵੀਸ਼ਰੀ ਜਥੇ ਦਾ ਗਾਉਣ ਦਾ ਉਚੇਚਾ ਜ਼ਿਕਰ ਹੋਵੇਗਾ। ਦੋਸਤੋ, ਇਹਨੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਤੁਹਾਡੇ ਸਾਹਮਣੇ ਲਈ ਢੇਰ ਸਾਰੀਆਂ ਦੁਆਵਾਂ ਅਤੇ ਸ਼ੁਭ ਇਸ਼ਾਵਾਂ ਅਤੇ ਜਾਂਦੇ ਜਾਂਦੇ ਸੁਣਦੇ ਜਾਓ ਜੀ ਇੱਕ ਹੋਰ ਰੰਗ। ਸਤਿ ਸ਼੍ਰੀ ਅਕਾਲ।
जंक्शन